दुशहरा कमेटी मोहाली वालों अज आने वाले दुशहरा मेले के बारे दिती गई जानकारी प्रेस कॉन्फ्रेंस करके दसिया कि इस बार दुशहरा मेला मनाया जाएगा सैक्टर 78 विखे। दुशहरा कमेटी मोहाली इस बारी अपना 46वां दुशहरा जिहड़ा मना रही है 46 1978 च असीं फंक्शन शुरू किया सीगा और अज सानूं 46 साल हो गए पूरे ये फंक्शन नूं मनांदिया। इस फंक्शन दे विच सानूं अच्छे अच्छे बेअंत सिंह सी एम सीगे उन्होंने भी ज्वाइन किया लास्ट ईयर अपना मिस्टर भगवंत सिंह मान सीगे उन्होंने भी इस फंक्शन नूं ग्रेस किया। उस तो इलावा साढ़े पंजाब ट्रैक्टर्स के वाइस प्रेजिडेंट वाइस चेयरमैन श्री चंद्रमोहन साहब उन्होंने मिस्टर मिश्रा और इस तरह कई जिहड़े हैगे इस फंक्शन दे विच एज ए चीफ गैसट आते रहे हैं और ये फंक्शन मेरे ख्याल इस एरिए दे विच सब तो वड्डा फंक्शन जिहड़ा वो मोहाली दुशहरा कमेटी मनाती है। पिछले कई सालों तो असी 8 फेस वाई मनाते सीगे ग्राउंड दे विच उत्थे हुण कुछ कमर्शियल बिल्डिंग्स बन गई हैं जिहड़ा असी 9 फेस अपना जिहड़ा वाई पी एस चौक के नाल शुरू किया सी उत्थे हुण धरना चल रहा कई महीनों तो इस करके उत्थे असी ऐतकी दुशहरा नहीं मना सकते। उहदे वास्ते असी परमिशन तां लई सीगी 78 सैक्टर ते उहदे उत्थे हुण ऐतकी असी उधर जिहड़ा शिफ्ट करांगे दुशहरा लेकिन बाकी परमिशन वास्ते असी सानूं दिक्कत जिहड़ी आ हरासमेंट परमिशन लैण वास्ते आउंदी है। असी इह कहिंदे आ कि सानूं सिंगल विंडो जिहड़ी है ना ਉਹ ਪਰਮਿਸ਼ਨ ਮਿਲਣੀ ਚਾਹੀਦੀ ਸਾਨੂੰ ਹਰ ਇੱਕ ਡਿਪਾਰਟਮੈਂਟ ਦੇ ਵਿੱਚੋਂ ਐਨ ਓ ਸੀ ਲੈ ਕੇ ਆਉਣੀ ਪੈਂਦੀ ਹੈ ਉਹਦੇ ਵਾਸਤੇ ਥੋੜ੍ਹਾ ਜਿਹਾ ਦੇਖੋ ਸਾਡੇ ਜਿੰਨੇ ਵੀ ਮੈਂਬਰ ਹੈਗੇ ਉਹ ਸਾਰੇ ਇੰਪਲਾਈ ਹੈ ਜਾਂ ਰਿਟਾਇਰੀ ਹੈ ਇਸ ਕਰਕੇ ਥੋੜ੍ਹਾ ਜਿਹਾ ਅਗਰ ਸਿੰਗਲ ਕਈ ਕੰਮ ਹੋ ਚੁੱਕੇ ਐਸੇ ਜਿਹੜੇ ਕਿ ਸਿੰਗਲ ਵਿੰਡੋ ਹੁੰਦੇ ਅਸੀਂ ਕਹਿੰਦੇ ਦੁਸਹਿਰੇ ਦੀ ਪਰਮਿਸ਼ਨ ਵਾਸਤੇ ਨਾ ਸਿੰਗਲ ਵਿੰਡੋ ਇੱਕ ਐਸਾ ਕੋਈ ਉਪਰਾਲਾ ਹੋਏ ਜਿੱਥੇ ਸਿੰਗਲ ਵਿੰਡੋ ਜਾ ਕੇ ਅਸੀਂ ਪਰਮਿਸ਼ਨ ਜਿਹੜੀ ਉਹ ਲੈ ਸਕੀਏ। ਇਹ ਸਾਲ ਵੀ 2 ਮਹੀਨੇ ਤੋਂ ਉੱਪਰ ਹੋ ਗਿਆ ਅਭੀ ਤੱਕ ਕੰਪਲੀਟ ਨਹੀਂ ਹੋਈ ਹੈ ਯਾਰ ਸਾਰੀਆਂ ਪਰਮਿਸ਼ਨਾਂ ਕੰਪਲੀਟ ਹੋ ਗਈਆਂ ਸਰ ਉਹ ਸਾਨੂੰ ਪਤਾ ਹੈ 2 ਮਹੀਨੇ ਯਾਨੀ ਕਿ ਸਾਨੂੰ ਲੱਗ ਜਾਂਦੇ ਆ ਪਰਮਿਸ਼ਨ ਲੈਣ ਵਾਸਤੇ ਇਸ ਕਰਕੇ ਅਸੀਂ ਇਹ ਕਵਾਂਗੇ ਐਡਮਿਨਿਸਟ੍ਰੇਸ਼ਨ ਨੂੰ ਸਾਨੂੰ ਸਿੰਗਲ ਵਿੰਡੋ ਇੱਕ ਇਹਦੀ ਜਿਹੜੀ ਹੈ ਕੋਈ ਅਪਰਚੁਨਿਟੀ ਸਾਨੂੰ ਦਿਓ। ਦੁਸਹਿਰਾ ਦਾ 80 ਫੁੱਟ ਦੇ ਆਸ ਪਾਸ 75-80 ਫੁੱਟ ਦੇ ਆਸ ਪਾਸ ਨੋਰਮਲ ਜਿਹੜਾ ਹੈ ਉਸ ਤਰ੍ਹਾਂ ਹੀ ਦਸਾਂ ਨੂੰ ਤਾਂ ਅਸੀਂ 80 ਫੁੱਟ ਬਣਾ ਕੇ ਕਹਿ ਦਈਏ 90 ਫੁੱਟ ਦਾ ਜਾਂ 100 ਫੁੱਟ ਦਾ ਉਹਦਾ ਕੋਈ ਫਾਇਦਾ ਨਹੀਂ। ਅਸੀਂ ਜਿਵੇਂ ਪਹਿਲਾਂ ਰੱਖ ਰਹੇ ਹਾਂ ਜਿਵੇਂ ਪਹਿਲਾਂ ਅਸੀਂ ਰੱਖ ਰਹੇ ਹਾਂ ਚੌਥਾ ਪੁਤਲਾ ਬਣਾਵਾਂਗੇ ਜੀ ਡਰੱਗਸ ਦਾ ਕਿਉਂਕਿ ਨਸ਼ੇ ਦਾ ਪੰਜਾਬ ਦੇ ਵਿੱਚ ਕਾਫੀ ਪ੍ਰਚਲਨ ਹੈ ਤੇ ਅਸੀਂ ਇਹ ਕਹਿੰਦੇ ਹਾਂ ਕਿ ਬੁਰਾਈ ਨਸ਼ਾ ਵੀ ਬਹੁਤ ਵੱਡੀ ਬੁਰਾਈ ਹੈ ਨੌਜਵਾਨਾਂ ਨੂੰ ਤਾਂ ਖਤਮ ਕਰਨ ਵਾਸਤੇ ਨਸ਼ੇ ਦੀ ਲੱਤ ਲਾ ਦਿਓ ਤੇ ਹੋਰ ਕੁਝ ਚਾਹੀਦਾ ਨਹੀਂ ਇਸ ਕਰਕੇ ਅਸੀਂ ਚੌਥਾ ਪੁਤਲਾ ਐਤਕੀ ਡਰੱਗਸ ਦਾ ਨਸ਼ਿਆਂ ਦਾ ਜਿਹੜਾ ਪੁਤਲਾ ਉਹ ਜਲਾਵਾਂਗੇ। ਦੇਖੋ ਪਰ ਸਾਨੂੰ ਪਬਲਿਕ ਨੂੰ ਵੀ ਤਾਂ ਅਸੀਂ ਅਪੀਲ ਇਹ ਪਹਿਲਾਂ ਕਰਾਂਗੇ ਕਿ ਪਬਲਿਕ ਜਿਹੜਾ ਉਹ ਡਿਸਿਪਲਨ 'ਚ ਰਹਿਣ ਗਰਾਊਂਡ ਦੇ ਵਿੱਚ ਧੱਕਾ ਮੁੱਕੀ ਨਾ ਕਰਨ। ਦੇਖੋ ਅਸੀਂ ਇੱਕ ਨਾ ਆਤਿਸ਼ਬਾਜ਼ੀ ਸਾਡੀ ਇਸ ਤਰ੍ਹਾਂ ਦੀ ਹੈਗੀ ਆ ਜਿਹਨੂੰ ਤੁਸੀਂ ਅਗਰ ਆਪਣਾ 1 ਕਿਲੋਮੀਟਰ ਤੋਂ ਵੀ ਦੇਖੋਗੇ ਤੁਹਾਨੂੰ ਉੱਥੋਂ ਵੀ ਨਜ਼ਰ ਆਏਗੀ। ਪੁਤਲਿਆਂ ਦੀ ਹਾਈਟ ਇੰਨੀ ਹੈਗੀ ਆ ਉਹ ਵੀ ਤੁਹਾਨੂੰ ਬਾਹਰੋਂ ਨਜ਼ਰ ਆਉਣਗੇ ਲੇਕਿਨ ਅਗਰ ਅਸੀਂ ਅੱਗੇ ਆਉਣਾ ਚਾਹੁੰਦੇ ਤਾਂ ਫਿਰ ਸਾਨੂੰ ਟਾਈਮ ਸਿਰ ਆ ਕੇ ਆਪਣੀ ਜਗ੍ਹਾ ਅਸੀਂ ਰੱਖੀਏ ਲੇਕਿਨ ਅਸੀਂ ਬਾਅਦ ਦੇ ਵਿੱਚ ਆ ਕੇ ਧੱਕਾ ਮੁੱਕੀ ਨਾ ਕਰੀਏ ਜਿਹਦੇ ਨਾਲ ਜਿਹੜੇ ਸਾਡੇ ਪੁਲਿਸ ਦੇ ਕਰਮਚਾਰੀ ਆ ਉਹ ਵੀ ਹਰਾਸ ਹੋਣ ਜਾਂ ਸਾਡੇ ਵਲੰਟੀਅਰ ਵੀ ਹਰਾਸ ਹੋਣ। ਇਸ ਕਰਕੇ ਪਬਲਿਕ ਵਾਸਤੇ ਤਾਂ ਸਾਡੀ ਇਹ ਅਪੀਲ ਹੈ ਬਾਕੀ ਐਡਮਿਨਿਸਟ੍ਰੇਸ਼ਨ ਵਾਸਤੇ ਸਾਡੀ ਜਿਹੜੀ ਅਪੀਲ ਮੈਂ ਤੁਹਾਨੂੰ ਕਹੀ ਹੈ ਕੀਤੀ ਹੈ ਕਿ ਇੱਕ ਸਾਨੂੰ ਸਿੰਗਲ ਵਿੰਡੋ ਕਰ ਦਿਓ ਦੂਜਾ ਪੁਲਿਸ ਪ੍ਰੋਟੈਕਸ਼ਨ ਜਿਹੜੀ ਹੈ ਪੁਲਿਸ ਸਿਕਿਉਰਿਟੀ ਜਿਹੜੀ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ। ਇਹ ਪੁਤਲੇ ਜਿਹੜੇ ਆ ਕਿ ਲਾਸਟ ਈਅਰ ਵੀ ਅਸੀਂ ਇਸੇ ਬਾਲ ਗੋਪਾਲ ਗਊਸ਼ਾਲਾ 'ਚ ਬਣਾਏ ਸੀ ਐਤਕੀ ਵੀ ਸਾਨੂੰ ਬਾਲ ਗੋਪਾਲ ਗਊਸ਼ਾਲਾ ਵਾਲਿਆਂ ਨੇ ਸਾਨੂੰ ਜਗ੍ਹਾ ਦਿੱਤੀ ਹੈ ਪੁਤਲੇ ਬਣਾਉਣ ਵਾਸਤੇ ਔਰ ਅਸੀਂ ਗਊਸ਼ਾਲਾ ਦਾ ਵੀ ਬਹੁਤ ਗਊਸ਼ਾਲਾ ਦੇ ਐਡਮਿਨਿਸਟ੍ਰੇਸ਼ਨ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਉਸ ਈਸ਼ਵਰ ਦਾ ਵੀ ਸਾਨੂੰ ਇੰਨੀ ਪਵਿੱਤਰ ਜਗ੍ਹਾ ਦੇ ਉੱਤੇ ਇਹ ਪਵਿੱਤਰ ਕੰਮ ਵਾਸਤੇ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਔਰ ਅਸੀਂ ਤਾਂ ਇਹ ਕਹਿੰਦੇ ਗਊਸ਼ਾਲਾ ਜਿਹੜੀ ਵੱਧਦੀ ਫੁੱਲਦੀ ਰਹੇ ਜਿੰਨੇ ਵੀ ਇਹਨਾਂ ਦੇ ਇੱਥੇ ਐਡਮਿਨਿਸਟ੍ਰੇਸ਼ਨ ਦੇ ਮੈਂਬਰ ਹੈਗੇ ਆ ਜਾਂ ਸੇਵਾਦਾਰ ਆ ਉਹਨਾਂ ਨੂੰ ਈਸ਼ਵਰ ਜਿਹੜਾ ਮਹਾਰਾਣੀ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ।